ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸੇਵਾ ਅਦਾਲਤ ਅਤੇ ਰੋਗ ਨਿਵਾਰਨ ਕੈਂਪ ਵੱਲੋਂ ਇੱਕ ਓਅੰਕਾਰ ਯੂਟਿਊਬ ਚੈਨਲ 'ਤੇ ਆਪ ਸਭ ਜੀ ਦਾ ਬਹੁਤ ਬਹੁਤ ਨਿੱਘਾ ਜੀ ਆਇਆਂ ਨੂੰ। ਦਾਸ ਓਅੰਕਾਰ ਸਿੰਘ ਆਪ ਦੇ ਚਰਨਾਂ ਵਿੱਚ ਇੱਕ ਵਾਰ ਫਿਰ ਹਾਜ਼ਰ ਹਾਂ। ਕਈ ਲੰਬੇ ਸਮੇਂ ਤੋਂ ਅਸੀਂ ਕਈ ਥਾਵਾਂ 'ਤੇ ਕੈਂਪ ਨਹੀਂ ਲਾ ਸਕੇ, ਕਈ ਮੁਲਕਾਂ ਵਿੱਚ ਕੈਂਪ ਨਹੀਂ ਲਾ ਸਕੇ, ਤਾਂ ਸਾਨੂੰ ਸੰਗਤ 'ਤੇ ਵਾਰ ਵਾਰ ਹੁਕਮ ਹੋ ਰਿਹਾ ਕਿ ਸਾਨੂੰ ਤੁਸੀਂ ਹੋਮ ਰੈਮਡੀ ਬਾਰੇ ਗੱਲ ਕਰੋ, ਵਿਚਾਰਾਂ ਦੱਸੋ ਕਿ ਵੀ ਕਿਵੇਂ ਕਿਹੜੀ ਬਿਮਾਰੀ ਵਾਸਤੇ ਕਿਹੜੀ ਰੈਮਡੀ ਖਾਣੀ ਚੰਗੀ ਹੈ। ਸੋ ਅੱਜ ਅਸੀਂ ਇੱਕ ਉਸ ਰੈਮਡੀ ਬਾਰੇ ਗੱਲ ਕਰ ਰਹੇ ਹਾਂ, ਉਸ ਇੱਕ ਦਵਾਈ ਬਾਰੇ ਗੱਲ ਕਰ ਰਹੇ ਹਾਂ, ਉਸ ਇੱਕ ਜੜੀ ਬੂਟੀ ਬਾਰੇ ਗੱਲ ਕਰ ਰਹੇ ਹਾਂ ਜੋ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਮੌਜੂਦ ਹੁੰਦੀ ਹੈ। ਉਸ ਦਾ ਨਾਮ ਹੈ ਮੇਥੀ, ਜਿਸ ਨੂੰ ਕਿ ਫਿਨੋਗ੍ਰੀਕ ਇੰਗਲਿਸ਼ ਦੇ ਵਿੱਚ ਵੀ ਕਿਹਾ ਜਾਂਦਾ ਹੈ। ਇਸ ਦੇ ਜ਼ਿਆਦਾ ਗੁਣ ਹਨ। ਡਾਇਟਰੀ ਜਿਹੜੀ ਹੈ ਇਸ 'ਚ ਫੈਬਰਿਕ ਜਿਹੜਾ ਉਹ 100% ਹੈ, 100% ਡਾਇਟਰੀ ਫੈਬਰਿਕ ਜਿਹੜਾ ਇਹਦੇ ਅੰਦਰ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਆਇਰਨ ਦੀ ਕਰੀ ਆਇਰਨ 186% ਆਇਰਨ ਜੋ 100 ਗ੍ਰਾਮ ਦੇ ਵਿੱਚ ਪਾਇਆ ਜਾਂਦਾ ਹੈ। ਸੋ ਅਸੀਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਕਿ ਮੇਥੀ ਅਤੇ ਮੇਥੇ ਦੇ ਵਿੱਚ ਕੀ ਫਰਕ ਹੈ, ਮੇਥੀ ਕਿੱਦਾਂ ਦੀ ਹੁੰਦੀ ਹੈ, ਮੇਥਾ ਕਿੱਦਾਂ ਦਾ ਹੁੰਦਾ, ਇਸ ਨੂੰ ਕਿੱਦਾਂ ਵਰਤਣਾ ਹੈ, ਕਿੱਦਾਂ ਵਰਤ ਕੇ ਇਸ ਨੂੰ ਆਪਾਂ ਆਪਣੀ ਘਰ ਦੀ ਜੋ ਦਵਾਈ ਤਿਆਰ ਕਰ ਸਕਦੇ ਹਾਂ, ਆਪਣੀ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਕਿਰਪਾ ਕਰਿਓ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਜਦੋਂ ਤੁਸੀਂ ਅਖੀਰ ਤੱਕ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਇਹਦੇ ਅਲੱਗ ਅਲੱਗ ਬਿਮਾਰੀਆਂ ਜੋ ਅਸੀਂ ਦੱਸੀਆਂ ਨੇ ਕਿਹੜੀ ਕਿਹੜੀ ਬਿਮਾਰੀ ਦਾ ਇਹਦੇ ਵਿੱਚ ਇਲਾਜ ਹੈ। ਇਹੀ ਨਹੀਂ, ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਜੋ ਲੋਕ ਕਈ ਬਿਮਾਰੀਆਂ ਨਾਲ ਗ੍ਰਸਤ ਨੇ ਉਹ ਵੀ ਇਹ ਵੀਡੀਓ ਦੇਖ ਕੇ ਆਪਣਾ ਇਲਾਜ ਕਰ ਸਕਣ ਅਤੇ ਆਪ ਜੀ ਉਸ ਭਲੇ ਦੇ ਕੰਮ ਦੇ ਵਿੱਚ ਇੱਕ ਹਿੱਸਾ ਪਾ ਸਕਣ। ਆਪ ਜੀ ਜਾਣਨਾ ਚਾਹੁੰਦੇ ਹੋ ਕਿਸੇ ਸਪੈਸੀਫਿਕ ਕਿਸੇ ਖਾਸ ਬਿਮਾਰੀ ਬਾਰੇ ਗੱਲ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਥੱਲੇ ਮੈਸੇਜ ਦੇ ਵਿੱਚ ਆਪ ਜੀ ਸਾਨੂੰ ਟੈਕਸਟ ਕਰੋ, ਮੈਸੇਜ ਕਰੋ, ਕਮੈਂਟ ਕਰੋ, ਦੱਸੋ ਕਿ ਵੀ ਆਪ ਕਿਸ ਚੀਜ਼ ਬਾਰੇ ਗੱਲ ਕਰਨੀ ਚਾਹੁੰਦੇ ਹੋ, ਕਿਸ ਬਿਮਾਰੀ ਬਾਰੇ ਇਲਾਜ ਚਾਹੁੰਦੇ ਹੋ। ਅਸੀਂ ਉਹਦੇ ਬਾਰੇ ਆਪਾਂ ਜਲਦੀ ਤੋਂ ਜਲਦੀ ਨਵੀਂ ਵੀਡੀਓ ਬਣਾ ਕੇ ਅਪਲੋਡ ਕਰਾਂਗੇ। ਲੈਟ ਸਟਾਰਟ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਥੀ ਜੋ ਹੈ ਬਹੁਤ ਹੀ ਲਾਭਦਾਇਕ ਅਤੇ ਬਹੁਤ ਹੀ ਵਧੀਆ ਔਸ਼ਧੀ ਜਿਹੜੀ ਸਾਡੇ ਸਾਰਿਆਂ ਦੇ ਘਰਾਂ ਦੇ ਰਸੋਈ 'ਚ ਮਿਲਦੀ ਹੈ। ਇੱਕ ਹੁੰਦੇ ਮੇਥੀ, ਇੱਕ ਹੁੰਦਾ ਮੇਥੇ, ਕਈ ਨੂੰ ਮੇਥਰੇ ਵੀ ਕਹਿ ਲੈਂਦੇ ਆ। ਸੋ ਮੇਥੀ ਅਤੇ ਮੇਥਰੇ 'ਚ ਫਰਕ ਇਹ ਹੈ ਕਿ ਮੇਥੀ ਜਿਹੜੀ ਹੁੰਦੀ ਹੈ ਉਹ ਬਰਾਊਨ ਕਲਰ ਦੀ ਹੁੰਦੀ ਹੈ, ਚਾਹ ਪੱਤੀ ਦੇ ਦਾਣੇ ਜਿੰਨੀ ਹੁੰਦੀ ਹੈ ਅਤੇ ਕਣਕ ਵਾਂਗੂ ਉਹਦੇ ਵਿੱਚ ਇੱਕ ਲਕੀਰ ਹੁੰਦੀ ਹੈ। ਇੱਕ ਹੁੰਦਾ ਮੇਥਰਾ, ਮੇਥਰਾ ਚਪਟਾ ਹੁੰਦਾ ਅਤੇ ਪੀਲੇ ਕਲਰ ਦਾ ਹੁੰਦਾ। ਸੋ ਇਹ ਦੋਵਾਂ ਦਾ ਫਰਕ ਹੈਗਾ। ਕਈ ਥਾਵਾਂ 'ਤੇ ਮੇਥੀ ਨੂੰ ਮੇਥਰੇ ਨੂੰ ਹੀ ਮੇਥੀ ਕਹਿ ਕੇ ਵੇਚ ਦਿੱਤਾ ਜਾਂਦਾ। ਸੋ ਜਿਹੜੇ ਸ਼ਹਿਰੇ ਵਾਲੇ ਵੀਰਾਂ ਨੂੰ ਨਹੀਂ ਪਤਾ, ਸ਼ਹਿਰੀਆਂ ਨੂੰ, ਸੋ ਉਹਨਾਂ ਵਾਸਤੇ ਨੌਲੇਜ ਹੋਣੀ ਜ਼ਰੂਰੀ ਹੈ ਮੇਥੀ ਅਤੇ ਮੇਥੇ ਦੇ ਫਰਕ ਦੇ ਵਿੱਚ। ਵੈਸੇ ਜੇ ਮੇਥੀ ਨਹੀਂ ਮਿਲਦੀ ਤਾਂ ਮੇਥਰੇ ਵੀ ਵਰਤ ਸਕਦੇ ਹਾਂ, ਮੇਥੀ ਦੇ ਪੱਤੇ ਵਰਤ ਸਕਦੇ ਹਾਂ, ਮੇਥੇ ਦੇ ਪੱਤੇ ਵਰਤ ਸਕਦੇ ਹਾਂ। ਸੋ ਇਸਦਾ ਸਭ ਤੋਂ ਬੈਸਟ ਇਲਾਜ ਹੈਗਾ, ਮੈਂ ਅੱਜ ਤੁਹਾਨੂੰ ਜੋ ਦੱਸਣ ਜਾ ਰਿਹਾ ਹਾਂ, ਇਹਦੇ ਵਿੱਚ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਜਿਨ੍ਹਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ, ਡਜ਼ਨਟ ਮੈਟਰ ਟਾਈਪ 1 ਔਰ ਟਾਈਪ 2 ਦੀ ਪ੍ਰੋਬਲਮ ਹੈ, ਜਿਹੜੀ ਵੀ ਤਰ੍ਹਾਂ ਦੀ ਤੁਹਾਨੂੰ ਡਾਇਬਟੀਜ਼ ਹੈਗੀ ਹੈ, ਕੋਈ ਵੱਡੀ ਪ੍ਰੋਬਲਮ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ ਹੈਗੀ, ਸਭ ਤੋਂ ਵਧੀਆ ਇਲਾਜ ਤੁਹਾਡੇ ਘਰ ਦੇ ਵਿੱਚ ਹੀ ਪਿਆ, ਆਪਾਂ ਕਰਨਾ ਕੀ। ਸੋ ਇੱਕ ਅੱਧਾ ਟੀਸਪੂਨ, ਜੇ ਉਹ ਵੀ ਤੁਹਾਨੂੰ ਕਨਫਿਊਜ਼ਨ ਹੋਵੇ, ਸਭ ਤੋਂ ਵਧੀਆ ਤਰੀਕਾ ਇਹ 3 ਉਂਗਲੀਆਂ ਦੇ ਵਿੱਚ ਜਿੰਨੀ ਮੇਥੀ ਆਵੇ, ਇੱਕ ਚੁੰਡੀ ਦੇ ਬਰਾਬਰ, ਇਹ 3 ਉਂਗਲੀਆਂ ਵਿੱਚ ਜਿੰਨੀ ਮੇਥੀ ਆਵੇ ਉਹ ਭਰ ਕੇ ਅਸੀਂ ਇੱਕ ਕੱਚ ਦੇ ਗਲਾਸ ਦੇ ਵਿੱਚ ਭਿਓ ਕੇ ਰੱਖ ਦੇਣੀ ਹੈ। ਪੂਰੀ ਰਾਤ ਉਹਨੂੰ ਸਿਆ ਰਹਿਣ ਦੇਣਾ, ਭਿਓ ਰਹਿਣ ਦੇਣਾ। ਸਵੇਰੇ ਉੱਠ ਕੇ ਕੀ ਕਰਨਾ ਹੈ, ਸਵੇਰੇ ਉੱਠ ਕੇ ਅਸੀਂ ਉਸ ਮੇਥੀ ਦੇ ਪਾਣੀ ਨੂੰ ਕੱਪੜ ਛਾਣ ਕਰ ਲੈਣਾ, ਇੱਕ ਵੱਖਰੇ ਪਤੀਲੇ, ਵੱਖਰੇ ਭਾਂਡੇ, ਵੱਖਰੇ ਕੱਚ ਦੇ ਗਲਾਸ ਦੇ ਵਿੱਚ ਉਹ ਸਾਰਾ ਮੇਥੀ ਦਾ ਪਾਣੀ ਜੋ ਹੈ ਉਹ ਕੱਢ ਲੈਣਾ। ਹੁਣ ਕੀ ਹੋਏਗਾ, ਜਿਹੜਾ ਮੇਥੀ ਦਾ ਪਾਣੀ ਆਪਾਂ ਕੱਢ ਲਿਆ, ਉਸ ਕੱਢੇ ਹੋਏ ਮੇਥੀ ਦੇ ਪਾਣੀ ਨੂੰ ਅੱਜ ਪੀ ਲੈਣਾ ਅਤੇ ਇੱਕ ਸਾਫ਼ ਸੁਥਰੇ ਇੱਕ ਕੱਪੜੇ ਦੇ ਵਿੱਚ ਉਸ ਮੇਥੀ ਨੂੰ ਜਿਹੜੀ ਕੱਲ੍ਹ ਰਾਤ ਨੂੰ ਅਸੀਂ ਪਾਣੀ ਦੇ ਵਿੱਚ ਭਿਓ ਕੇ ਕੱਚ ਦੇ ਭਾਂਡੇ 'ਚ ਰੱਖੀ ਸੀ ਪੂਰੀ ਰਾਤ ਵਾਸਤੇ, ਉਸ ਮੇਥੀ ਨੂੰ ਅਸੀਂ ਇੱਕ ਕੱਪੜੇ ਦੇ ਵਿੱਚ, ਜਿਸ ਕੱਪੜੇ ਵਿੱਚ ਅਸੀਂ ਕੱਪੜ ਛਾਣ ਕੀਤਾ ਸੀਗਾ, ਉਸੇ ਕੱਪੜੇ ਦੇ ਵਿੱਚ ਉਹਨੂੰ ਬੰਨ੍ਹ ਕੇ ਆਪਾਂ ਸਾਈਡ 'ਤੇ ਰੱਖਣਾ। ਅਤੇ ਹੁਣ ਕੀ ਹੋਏਗਾ ਕਿ ਜਦੋਂ ਅਸੀਂ ਉਹ ਕੱਪੜੇ ਨੂੰ ਬੰਨ੍ਹ ਕੇ ਰੱਖ ਦਿਆਂਗੇ, ਆਪਾਂ ਹੁਣ ਮੁੜ ਕੇ ਉਹਨੂੰ ਛੇੜਨਾ ਨਹੀਂ ਆ। ਅੱਜ ਦੀ ਰਾਤ ਜੋ ਜਿਹੜੀ ਨੈਕਸਟ ਰਾਤ ਹੈ, ਆਪਾਂ ਫਿਰ ਇੱਕ ਚੁੰਡੀ, ਇੱਕ ਚੁਟਕੀ, ਇੱਕ ਪਿੰਚ ਆਫ ਮੇਥੀ ਸੀਡਸ ਜਿਹੜੇ ਆ ਉਹ ਲੈ ਕੇ ਅਸੀਂ ਕੱਚ ਦੇ ਭਾਂਡੇ ਵਿੱਚ ਇੱਕ ਵਾਰੀ ਫਿਰ ਭਿਓ ਕੇ ਰੱਖ ਦੇਣੇ ਆ। ਹੁਣ ਜਿਹੜਾ ਅਸੀਂ ਕੱਲ੍ਹ ਮੇਥੀ ਕੱਚ ਦੇ ਭਾਂਡੇ 'ਚ ਬੰਨ੍ਹ ਕੇ ਰੱਖੀ ਸੀ, ਕੱਚ ਦੇ ਭਾਂਡੇ 'ਚ ਭਿਓ ਕੇ ਰੱਖੀ ਸੀ, ਸਵੇਰੇ ਉੱਠ ਕੇ ਆਪਾਂ ਜਦੋਂ ਕੱਪੜ ਛਾਣ ਕਰਕੇ ਗਿੱਲੇ ਕੱਪੜੇ 'ਚ ਬੰਨ੍ਹ ਕੇ ਰੱਖਤੀ ਸੀ, ਉਹ ਮੇਥੀ ਅੱਜ ਪੁੰਗਰ ਜਾਏਗੀ। ਸੋ ਆਪਾਂ ਕੀ ਕਰਨਾ ਹੈ, ਜਿਹੜਾ ਕੱਲ੍ਹ ਰਾਤ ਨੂੰ ਅਸੀਂ ਪਾਣੀ ਵਿੱਚ ਪਾ ਕੇ ਰੱਖਿਆ ਸੀ ਮੇਥੀ ਨੂੰ, ਉਹ ਪਾਣੀ ਨੂੰ ਅਸੀਂ ਕੱਪੜ ਛਾਣ ਫੇਰ ਕਰ ਲੈਣਾ। ਹੁਣ ਜਿਹੜਾ ਪਾਣੀ ਕੱਪੜ ਛਾਣ ਕੀਤਾ ਅੱਜ ਵਾਲਾ ਪਾਣੀ, ਅਤੇ ਕੱਲ੍ਹ ਜਿਹੜੀ ਆਪਾਂ ਮੇਥੀ ਗਿੱਲੇ ਕੱਪੜੇ 'ਚ ਬੰਨ੍ਹ ਕੇ ਰੱਖੀ ਸੀ, ਉਹ ਮੇਥੀ ਪੁੰਗਰ ਜਾਏਗੀ ਅਤੇ ਕੱਲ੍ਹ ਵਾਲੀ ਮੇਥੀ ਅੱਜ ਵਾਲਾ ਪਾਣੀ। ਸੋ ਇਸ ਤਰੀਕੇ ਨਾਲ ਅਸੀਂ ਪਾਣੀ ਪੀ ਲੈਣਾ ਅਤੇ ਮੇਥੀ ਖਾ ਲੈਣੀ ਹੈ।
ਹੁਣ ਇੱਕ ਹਫ਼ਤਾ ਅਸੀਂ ਘੱਟ ਤੋਂ ਘੱਟ ਲਗਾਤਾਰ ਹਰ ਰੋਜ਼ ਨਿਰਣੇ ਕਾਲਜੇ ਇਹ ਜੋ ਹੈ ਟੈਕਨੀਕ ਵਰਤਣੀ ਹੈ। ਇਹਦੇ ਨਾਲ ਕੀ ਹੋਏਗਾ, ਸਭ ਤੋਂ ਪਹਿਲਾ ਕੰਮ ਇਹਦਾ ਨਾਲ ਫਾਇਦਾ ਕੀ ਹੋਏਗਾ, ਜਿਹੜਾ ਤੁਹਾਡਾ ਇਨਸੋਲੀਨ ਦੀ ਮਾਤਰਾ ਘਟੀ ਹੋਈ ਹੈ, ਜਿਹੜੇ ਤੁਹਾਡੇ ਅੰਦਰ ਡਾਇਬਟੀਜ਼ ਵਧੀ ਹੋਈ ਹੈ, ਜਿਨ੍ਹਾਂ ਦੀ ਸ਼ੂਗਰ ਵਧੀ ਹੋਈ ਹੈ, ਜਿਨ੍ਹਾਂ ਦੀ, ਉਹ ਸ਼ੂਗਰ ਨੂੰ ਕੰਟਰੋਲ ਕਰੇਗਾ। ਦੂਜਾ ਕੰਮ, ਦੂਜਾ ਫਾਇਦਾ ਇਹਨੇ ਇਹ ਦੇਣਾ ਹੈ ਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਵਾਤ ਵਧੀ ਹੋਈ ਹੈ, ਵਾਈ ਵਾਧੀ ਵਧੀ ਹੋਈ ਹੈ, ਉਹਨੂੰ ਕੰਟਰੋਲ ਕਰੇਗਾ। ਤੀਜਾ ਕੰਮ ਇਹਨੇ ਕੀ ਕਰਨਾ ਹੈ, ਤੀਜਾ ਕੰਮ ਬਹੁਤ ਹੀ ਜਿਹੜਾ ਵਧੀਆ ਇਹਨੇ ਕਰਨਾ ਹੈ ਕਿ ਜਿਨ੍ਹਾਂ ਵੀ ਭੈਣਾਂ ਨੂੰ ਮਹੀਨੇ ਬਾਅਦ ਜਦੋਂ ਕਈ ਵਾਰ ਹੁੰਦਾ ਕਿ ਇਹਨਾਂ ਨੂੰ ਬਲੱਡ ਦੀ ਮਾਤਰਾ ਕਾਫੀ ਜ਼ਿਆਦਾ ਘੱਟ ਜਾਂਦੀ ਹੈ, ਇਹਨਾਂ ਦੇ ਅੰਦਰ ਅਨੀਮਿਕ ਹੋ ਜਾਂਦੇ ਨੇ ਜਾਂ ਫਿਰ ਆਇਰਨ ਦੀ ਘਾਟ ਆ ਜਾਂਦੀ ਹੈ, ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ। ਤੁਹਾਡਾ ਇਹਨੇ ਆਇਰਨ ਨਹੀਂ ਘਟਣ ਦੇਣਾ ਜੇ ਆਪਾਂ ਹਫ਼ਤਾ ਰੋਜ਼ ਵਰਤੀਏ, ਇਹਨੂੰ ਘੱਟ ਤੋਂ ਘੱਟ ਹਫ਼ਤਾ ਰੋਜ਼ ਵਰਤਣਾ, ਹਫ਼ਤੇ ਤੋਂ 10 ਦਿਨ ਆਪਾਂ ਇਹਦਾ ਕੋਰਸ ਕਰਨਾ। ਚੌਥੀ ਚੀਜ਼, ਇਹਨੇ ਆਇਰਨ ਨਹੀਂ ਘਟਣ ਦੇਣਾ, ਇਹਨੇ ਤੁਹਾਡੇ ਅੰਦਰ ਵਾਤ ਨਹੀਂ ਆਉਣ ਦੇਣੀ, ਇਹਨੇ ਤੁਹਾਡੇ ਅੰਦਰ ਡਾਇਬਟੀਜ਼ ਨੂੰ ਕੰਟਰੋਲ ਕਰਨਾ, ਇਹਨੇ ਸਾਡੇ ਅੰਦਰ ਜਿਹੜਾ ਹੈ ਸਭ ਤੋਂ ਵਧੀਆ ਇਹ ਜਿਹੜੇ 3-4 ਚੀਜ਼ਾਂ ਤੋਂ ਇਲਾਵਾ ਤੁਹਾਨੂੰ ਅੰਦਰ ਇਹਨੇ ਗਰਮੀ ਪੈਦਾ ਕਰਨੀ ਹੈ। ਜਿਹਨਾਂ ਦੇ ਸਰੀਰ ਢਿੱਲੇ ਰਹਿੰਦੇ ਆ, ਠੰਡੇ ਰਹਿੰਦੇ ਆ, ਉਹਨਾਂ ਨੂੰ ਗਰਮੀ ਦੇਣੀ ਹੈ। ਅੱਜ ਕੱਲ੍ਹ ਜਿਵੇਂ ਸਰਦੀ ਦਾ ਟਾਈਮ ਚੱਲ ਰਿਹਾ, ਥੋੜ੍ਹੀ ਠੰਡ ਹੈਗੀ ਹੈ, ਜੇ ਅੱਜ ਕੱਲ੍ਹ ਅਸੀਂ ਵਰਤਾਂਗੇ ਸਾਨੂੰ ਇਹਨੇ ਨਿੱਘ ਦੇਣਾ ਅੰਦਰੋਂ ਦੀ। ਹੁਣ ਜਿਨ੍ਹਾਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈ, ਗਾਊਟ ਦੀ ਪ੍ਰੋਬਲਮ ਹੈ, ਉਹਨਾਂ ਵਾਸਤੇ ਇਹ ਰਾਮਬਾਣ ਹੈ। ਸੋ ਆਪਾਂ ਕੋਸ਼ਿਸ਼ ਕਰਨੀ ਹੈ, ਜਿਨ੍ਹਾਂ ਨੂੰ ਆਰਥਰਾਈਟਿਸ ਪ੍ਰੋਬਲਮ ਹੈ, ਜਿਨ੍ਹਾਂ ਨੂੰ ਗੋਡਿਆਂ ਦੇ ਵਿੱਚ ਦਰਦ ਰਹਿੰਦੀ ਹੈ, ਜਿਹਨਾਂ ਨੂੰ ਵਾਈ ਵਾਦੀ ਦੀ ਪ੍ਰੋਬਲਮ ਹੈ, ਉਹ ਇਸ ਮੇਥੀ ਨੂੰ ਜ਼ਰੂਰ ਵਰਤਿਓ। ਤੁਸੀਂ ਦੇਖਿਓ ਹਫ਼ਤੇ ਦੇ ਵਿੱਚ ਮੇਥੀ ਵਰਤਣ ਦੇ ਨਾਲ ਹੀ ਤੁਹਾਡਾ ਕਿੰਨਾ ਫਾਇਦਾ ਹੁੰਦਾ। ਸੋ ਹੁਣ ਇੱਕ ਮੇਥੀ ਕਿੰਨੇ ਗੁਣ, ਆਪਾਂ ਵਰਤੀਏ ਅਤੇ ਵਰਤਣ ਤੋਂ ਬਾਅਦ ਦੇਖੀਏ ਇਹਦਾ ਫਾਇਦਾ ਕੀ ਹੈ। ਲੇਕਿਨ ਇਹ ਗੱਲ ਯਾਦ ਰੱਖਿਓ, ਮੈਂ ਵੇਟ ਕਰ ਰਿਹਾ ਤੁਹਾਡੇ ਮੈਸੇਜ ਦੀ, ਮੈਨੂੰ ਦੱਸਣਾ ਨਾ ਭੁੱਲਣਾ ਕਿ ਤੁਸੀਂ ਵਰਤੀ ਅਤੇ ਤੁਹਾਨੂੰ ਕੀ ਫਾਇਦਾ ਦਿੱਤਾ। ਹੁਣ ਜਾਣ ਤੋਂ ਪਹਿਲਾਂ ਮੈਂ ਦੱਸਣੀ ਚਾਹੁੰਦਾ ਹਾਂ ਕਿ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਮੇਥੀ ਦੇ ਵਿੱਚ ਗਰਮੀ ਹੁੰਦੀ ਹੈ, ਮੇਥੀ ਜੋ ਹੈ ਬਹੁਤ ਗਰਮ ਹੁੰਦੀ ਹੈ। ਸੋ ਇੱਕ ਗੱਲ ਜ਼ਰੂਰ ਧਿਆਨ ਰੱਖਿਓ, ਮੇਥੀ ਜੋ ਹੈ ਉਹ ਜੇ ਆਪਾਂ ਛਕਣੀ ਹੈ, ਆਪਾਂ ਖਾਣੀ ਹੈ, ਜੇ ਆਪਾਂ ਵਰਤਣੀ ਹੈ ਦਵਾਈ ਦੇ ਤੌਰ 'ਤੇ, ਮੇਥੀ ਦੇ ਨਾਲ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਦੇ ਪੂਰੇ ਦਿਨ 'ਚ ਪੀਣੇ ਆ। ਜੇ ਨਹੀਂ ਤਾਂ ਮੇਥੀ ਕੀ ਕਰੇਗੀ, ਤੁਹਾਨੂੰ ਗਰਮੀ ਦੇ ਦੇਗੀ। ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਨੁਕਸਾਨ ਵੀ ਹੋਵੇ, ਇਸ ਕਰਕੇ ਤੁਹਾਨੂੰ ਨਾਲ ਦੇ ਨਾਲ ਅਸੀਂ ਜੋ ਵੀ ਨੁਸਖੇ ਦੱਸਾਂਗੇ, ਨੁਸਖਿਆਂ ਦੇ ਵਿੱਚ ਤੁਹਾਨੂੰ ਉਹਦੇ ਨਾਲ ਬੈਨੀਫਿਟ ਦੇ ਨਾਲ ਨਾਲ ਉਹਦੇ ਲੋਸ ਵੀ ਦੱਸਾਂਗੇ ਕਿ ਕੀ ਕਮੀ ਹੈ। ਬਹੁਤ ਸਾਰੇ ਮੈਂ ਯੂਟਿਊਬ ਚੈਨਲ ਦੇਖ ਰਿਹਾ ਜਿਹੜੇ ਨੁਸਖੇ ਦੱਸ ਰਹੇ, ਲੇਕਿਨ ਉਹ ਉਹਨਾਂ ਦੇ ਨੁਕਸਾਨ ਨਹੀਂ ਦੱਸ ਰਹੇ। ਹਰ ਚੀਜ਼ ਦਾ ਜਿੱਥੇ ਫਾਇਦਾ ਹੈ ਉੱਥੇ ਨੁਕਸਾਨ ਵੀ ਹੈ। ਸੋ ਕਿਰਪਾ ਕਰਕੇ ਇਸ ਗੱਲ ਨੂੰ ਪੱਲੇ ਬੰਨ ਲਿਓ, ਕੋਈ ਵੀ ਚੀਜ਼ ਅਸੀਂ ਵਰਤ ਰਹੇ ਹਾਂ, ਜ਼ਰੂਰਤ ਤੋਂ ਜ਼ਿਆਦਾ ਹਰ ਚੀਜ਼ ਨੁਕਸਾਨ ਦਿੰਦੀ ਹੈ। ਸੋ ਆਪਾਂ ਇੱਕ ਮੇਥੀ ਨੂੰ ਲਗਾਤਾਰ ਖਾ ਰਹੇ ਹਾਂ, ਇੰਨੇ ਸਾਨੂੰ ਗਰਮੀ ਜ਼ਰੂਰ ਦੇਣੀ ਹੈ। ਸੋ ਕੋਸ਼ਿਸ਼ ਕਰਿਓ, ਮੇਥੀ ਜੇ ਖਾਣੀ ਹੈ ਜੀ ਸੱਦ ਕੇ ਖਾਓ, ਇਲਾਜ ਕਰਨਾ ਮੇਥੀ ਤਰ੍ਹਾਂ ਜ਼ਰੂਰ ਕਰੋ, ਲੇਕਿਨ ਮੇਥੀ ਦੇ ਨਾਲ ਨਾਲ ਅਸੀਂ 8 ਤੋਂ 15 ਗਲਾਸ ਪਾਣੀ ਦੇ ਜ਼ਰੂਰ ਪੀਣੇ ਹੈ। ਮੈਂ ਵੇਟ ਕਰਾਂਗਾ ਤੁਹਾਡੇ ਮੈਸੇਜ ਦੀ, ਮੈਂ ਵੇਟ ਕਰਾਂਗਾ ਤੁਹਾਡੇ ਟੈਕਸਟ ਦੀ, ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਇਹ ਨੁਸਖਾ ਮਾਫਕ ਆਇਆ ਅਤੇ ਕਿੱਦਾਂ ਲੱਗ। ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਹਰ ਤਰੀਕੇ ਦੀ ਜੋ ਹੈ ਬਿਮਾਰੀ ਦਾ ਇਲਾਜ ਐਕਿਪਰੇਸ਼ਰ ਰਾਹੀਂ, ਹੋਮ ਰੈਮਡੀਜ਼ ਰਾਹੀਂ, ਘਰ ਦੀ ਰਸੋਈ 'ਚੋਂ ਇਲਾਜ ਰਾਹੀਂ, ਤੁਹਾਡੇ ਮਸਾਲਿਆਂ 'ਚੋਂ, ਤੁਹਾਡੀ ਕਿਚਨ 'ਚੋਂ ਦੱਸਾਂਗੇ ਇਲਾਜ। ਕੁਛ ਕਸਰਤਾਂ ਦੱਸਾਂਗੇ ਕਿਹੜੀ ਕਸਰਤ ਕਿਵੇਂ ਕਰਨੀ ਹੈ ਤਾਂ ਕਿ ਤੁਸੀਂ ਆਪਣੇ ਘਰ ਬੈਠੇ ਆਪਣਾ ਇਲਾਜ ਆਪ ਕਰ ਸਕੋ। ਸੋ ਆਪਾਂ ਕੋਸ਼ਿਸ਼ ਕਰਨੀ ਹੈ ਬਿਨਾਂ ਸਾਈਡ ਇਫੈਕਟ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ, ਬਿਨਾਂ ਕਿਸੇ ਆਪਾਂ ਖਰਚੇ ਤੋਂ ਆਪਣਾ ਇਲਾਜ ਆਪਣੇ ਘਰ ਦੇ ਰਸੋਈ 'ਚ ਕਰਾਂਗੇ। ਇੱਕ ਗੱਲ ਹੋਰ, ਸਬਸਕ੍ਰਾਈਬ ਕਰਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।